ਬੜਾ ਵੱਡਾ ਖੈਰ ਹਉਆ ਬਣਿਆ ਹੋਇਆ ਵੀ ਹੁਣ ਖਾਣੀ ਫੈਲਾ ਲੱਗਣੀ ਨਹੀਂ ਕੈਨਡਾ ਦੀ ਸੋ ਉਸ ਤਰੀਕੇ ਦੀ ਕੋਈ ਵੀ ਗੱਲਬਾਤ ਨਹੀਂ ਕੋ ਨਿੱਜੀ ਕਾਲ ਜਾਂ ਚੋ ਗ੍ਰੈਜੂਏਟ ਕੀਤੀ ਐ ਇਸ ਕਰਕੇ ਸਾਨੂੰ ਵੀਜ਼ਾ ਨਹੀਂ ਮਿਲੂਗਾ ਨਹੀਂ ਆਪੋ ਬੜੰਗੀਆਂ ਗੱਲਾਂ ਨਹੀਂ ਜਿੰਨੀ ਅਵਰੇ ਖਾਬਰਾਂ ਚਾਹ ਨਿਊਜ਼ ਚੈਨਲ ਤੇ ਹੋਗੀਆਂ ਚਾਹੇ ਅਖਬਾਰਾਂ ਤੇ ਕਹਿ ਲਈ ਉਹ ਸਾਰੀਆਂ ਰਿਪੋਰਟ ਦਾ ਹਿੱਸਾ ਬਣ ਲਿਆ ਨਹੀਂ ਜਦੋਂ ਉਹਨਾਂ ਨੇ ਕੋਈ ਨਵੀਂ ਪਾਲਿਸੀ ਬਣਾਉਣੀ ਹੁੰਦੀ ਕੁਟਾ ਸਿਸਟਮ ਬਣ ਜਾਣਾ ਇੱਕ ਵੀ ਸੀਟਸ ਇਹ ਨਹੀਂ ਹੋਗਾ ਵੀ ਆਫਰ ਲੈਟਰ ਬੇ ਹਿਸਾਬੇ ਚੱਲਣਗੇ ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਵਿਦਿਆਰਥੀਆਂ ਦੇ ਲਈ ਇੱਕ ਨਵਾਂ ਫਰਮਾਨ ਜਾਰੀ ਹੋਇਆ ਜਿਸ ਦੇ ਤਹਿਤ ਕੈਨੇਡਾ ਸਰਕਾਰ ਨੇ ਇਹ ਕਹਿ ਦਿੱਤਾ ਹੈ ਕਿ 2024 ਅਤੇ 2025 ਯਾਨੀ ਕਿ 2 ਸਾਲਾਂ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਦਿੱਤੇ ਜਾਣਗੇ ਕੈਨੇਡਾ ਦੇ ਵੱਲੋਂ ਉਹਨਾਂ ਦੇ ਵਿੱਚ 35% ਕਟੌਤੀ ਕਰ ਦਿੱਤੀ ਗਈ ਹੈ ਤੇ ਸਟੂਡੈਂਟ ਵੀਜ਼ਾ ਜਿਨ੍ਹਾਂ ਨੂੰ ਦੇਣਾ ਹੈ ਉਹ ਵੀ ਬੜਾ ਸੋਚ ਸਮਝ ਕੇ ਕੈਨੇਡਾ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਜਿਵੇਂ ਹੀ ਇਹ ਫਰਮਾਨ ਕੈਨੇਡਾ ਸਰਕਾਰ ਨੇ ਜਾਰੀ ਕੀਤਾ ਹੈ ਉਸ ਤੋਂ ਬਾਅਦ ਅੱਜ ਭਾਰਤ ਅਤੇ ਪੰਜਾਬ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੇ ਸਾਹ ਸੁੱਕ ਗਏ ਨੇ ਕਿ ਹੁਣ ਅੱਗੇ ਅਸੀਂ ਕੀ ਕਰਨਾ ਹੈ ਕਿਵੇਂ ਕੈਨੇਡਾ ਦੀ ਧਰਤੀ ਤੇ ਪੜ੍ਹਨ ਦੇ ਲਈ ਜਾਣਾ ਜਾਂ ਫਿਰ ਉੱਥੇ ਸੈਟਲ ਹੋਣ ਦੇ ਲਈ ਜਾਣਾ ਇਹਨਾਂ ਤਬਾਅਮ ਸਵਾਲਾਂ ਦੀ ਅਸੀਂ ਜਵਾਬ ਲੈਣੇ ਹੈ ਕਿ ਆਖਿਰ ਹੁਣ ਅੱਗੇ ਕੀ ਹੋਏਗਾ ਭਾਰਤੀ ਜਾਂ ਪੰਜਾਬੀ ਵਿਦਿਆਰਥੀ ਕੀ ਕਰਨ ਸਾਡੇ ਨਾਲ ਇਸ ਸਮੇ ਗਰੋਇੰਗ ਗਲੋਬ ਦੇ ਐਮ ਡੀ ਨੇ ਜਿਹੜੀ ਕਿ ਇੱਕ ਇਮੀਗ੍ਰੇਸ਼ਨ ਫਰਮ ਹੈ ਲਵਪ੍ਰੀਤ ਸਿੰਘ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੇ ਨਾਲ ਲਾਈਵ ਜੁੜ ਰਹੇ ਨੇ ਇਸ ਸਮੇ ਲਵਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਦਾਖਲਸ ਟੀਵੀ ਤੇ ਤੁਹਾਡਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੋ ਆਸ ਕਰਦਾ ਸਾਰੇ ਤੰਦਰੁਸਤ ਹੋਵੋਗੇ ਲਬਰੀਤ ਜੀ ਸਭ ਤੋਂ ਪਹਿਲਾਂ ਤਾਂ ਕਿ ਕੱਲ ਕੈਨੇਡੀਅਨ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਜਿਵੇਂ ਹੀ ਬਿਆਨ ਦਿੱਤਾ ਕਿ ਅਸੀਂ 35% ਕਟੌਤੀ ਕਰ ਰਹੇ ਹਾਂ ਤੇ ਕਿਹਨਾਂ ਨੂੰ ਵੀਜ਼ੇ ਦਿੱਤੇ ਜਾਣੇ ਨੇ ਸਪਾਊਸ ਵੀਜ਼ਾ ਨਹੀਂ ਲੱਗੇਗਾ ਵਰਕ ਪਰਮਿਟ ਨਹੀਂ ਦਿੱਤੇ ਜਾਣੇ ਇਸ ਦੇ ਬਾਰੇ ਡਿਟੇਲ ਦੇ ਵਿੱਚ ਅਸੀਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਆਖਿਰ ਕੈਨੇਡਾ ਸਰਕਾਰ ਨੇ ਨਵੇਂ ਨਿਯਮ ਕੀ ਬਣਾਏ ਨੇ ਜੀ ਸੋ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਜਿਹੜੇ ਇੱਕ ਕੈਪ ਦੀ ਗੱਲ ਕੀਤੀ ਹੈ ਜਿਹੜੇ ਸਟੂਡੈਂਟ ਵੀਜ਼ਾਸ ਨੂੰ ਲੈ ਕੇ ਜਿਹੜੇ ਕਿ ਪਹਿਲਾਂ ਇਸ ਤਰੀ ਮਤਲਬ ਨਾਰਮਲੀ ਜਿਵੇਂ ਵੀਜ਼ਾ ਫਾਈਲ ਹੁੰਦਾ ਸੀ ਉਸ ਤਰੀਕੇ ਨਾਲ ਵੀਜ਼ੇ ਮਿਲੀ ਜਾਂਦੇ ਸੀ ਸੋ ਉਹਨਾਂ ਨੇ ਹੁਣ ਇੱਕ ਪਰਟੀਕੂਲਰ ਇੱਕ ਕੈਪ ਲਗਾਤਾ ਵੀ 3,60,000 ਹੀ ਅਸੀਂ ਇੱਕ ਸਾਲ ਦੇ ਵਿੱਚ ਜਿਹੜੇ ਵੀਜ਼ਾ ਦਵਾਂਗੇ ਜਿਹੜੇ ਸਟੂਡੈਂਟ ਸਟੂਡੈਂਟ ਜਿਹੜੇ ਫਾਈਲਸ ਲੱਗਦੀਆਂ ਨੇ ਆਪਣੀਆਂ ਮਤਲਬ ਆਊਟਸਾਈਡ ਕੈਨੇਡਾ ਜਿੰਨੀਆਂ ਵੀ ਲੱਗਦੀਆਂ ਨੇ ਸੋ ਉਹਦੇ ਨਾਲ ਹੀ ਇੱਕ ਸਪਾਊਸ ਨੂੰ ਲੈ ਕੇ ਮਤਲਬ ਵੱਡੀ ਅਪਡੇਟ ਆਈ ਆ ਜਿਵੇਂ ਆਪਾਂ ਨੂੰ ਇੱਕ ਰੁਝਾਨ ਆਪਾਂ ਨੂੰ ਨਾਰਮਲੀ ਦੇਖਣ ਨੂੰ ਮਿਲਦਾ ਸੀ ਕਿ ਇੱਕ ਵੀ ਇੱਕ ਮਤਲਬ ਬੱਚੇ ਨੂੰ ਆਪਾਂ ਪੜਾ ਲਓ ਤੇ ਦੂਸਰੇ ਨੂੰ ਉਹਦੇ ਨਾਲ ਸਪਾਊਸ ਦੇ ਉੱਤੇ ਭੇਜ ਦਿੰਦੇ ਸੀ ਸੋ ਉਹਦੇ ਵਿੱਚ ਹੁਣ ਕਾਫੀ ਮਤਲਬ ਵੱਡੀ ਮਤਲਬ ਤਬਦੀਲੀ ਦੇਖਣ ਨੂੰ ਮਿਲੀ ਹੈ ਜਿਹੜੇ ਪਲੱਸ 2 ਤੋਂ ਬਾਅਦ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਲਈ ਮਤਲਬ ਜਿਹੜੇ ਜਾ ਰਹੇ ਸੀ ਐਪਲੀਕੈਂਟ ਹੁਣ ਉਹ ਆਪਦੇ ਸਪਾਊਸ ਨੂੰ ਸਟੱਡੀ ਦੌਰਾਨ ਨਹੀਂ ਬੁਲਾ ਸਕਦੇ ਸੋ ਬਟ ਉਹਦੇ ਨਾਲ ਹੀ ਜਦੋਂ ਜੇ ਕੋਈ ਬੱਚਾ ਉਹ ਗ੍ਰੈਜੂਏਟ ਕਰਨ ਤੋਂ ਬਾਅਦ ਜਾ ਰਿਹਾ ਕੈਨੇਡਾ ਜੜ ਕੇ ਮਾਸਟਰ ਪ੍ਰੋਗਰਾਮ ਦੇ ਲਈ ਜਾ ਰਹੇ ਉਹ ਆਫ தி ਪਾਉਸ ਨੂੰ ਬੁਲਾ ਸਕਦੇ ਤੇ ਉਹਦੇ ਨਾਲ ਇੱਕ ਵੱਡੀ ਚੀਜ਼ ਇਹ ਧਿਆਨ ਦੇਣ ਦੀ ਲੋੜ ਹੈ ਕਿ ਉਹ ਜਿਹੜੇ ਕੈਪ ਲੱਗਿਆ ਹੈ 360000 ਦਾ ਜਿਹੜੇ ਮਾਸਟਰ ਪ੍ਰੋਗਰਾਮ ਦੇ ਬੱਚੇ ਨੇ ਜਾਂ ਮਾਸਟਰ ਕਹ ਲੋ ਪੀ ਐਚ ਡੀ ਕਹ ਲੋ ਲਾ ਮੈਡੀਸਨ ਜਾਂ ਜਿਹੜੇ ਕੁਝ ਪ੍ਰੋਫੈਸ਼ਨਲ ਪ੍ਰੋਗਰਾਮ ਨੇ ਉਹਨਾਂ ਦਾ ਜਿਹੜੇ ਜਿਹੜੇ ਵੀ ਐਪਲੀਕੈਂਟ ਉਹਦੇ ਵਿੱਚ ਜਾਣਗੇ ਉਹ ਕੈਪ ਤੋਂ ਬਾਹਰ ਨੇ ਉਹ ਜਿਹੜਾ 360000 ਰਲ ਕੇ ਜੀ ਮੈਂ ਇਹ ਹੀ ਸਮਝਣਾ ਚਾਹੂੰਗੀ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਪਹਿਲਾਂ 5.5 ਲੱਖ ਦੇ ਕਰੀਬ ਵਿਦਿਆਰਥੀ ਜਾ ਸਕਦੇ ਸੀ ਜਿਵੇਂ 2022 ਦੀ ਉਹਨਾਂ ਨੇ ਗੱਲ ਕੀਤੀ ਹੈ 2023 ਦੀ ਤੇ 24 ਦੇ ਵਿੱਚ ਉਹ ਕਹਿੰਦੇ ਕਿ ਅਸੀਂ 3.5 ਮਤਲਬ 3,60,000 ਬੱਚਿਆਂ ਨੂੰ ਹੀ ਵੀਜ਼ਾ ਦਵਾਂਗੇ ਕਿਹੜੇ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੀਜ਼ਾ ਦਊਗੀ ਤੇ ਕਿਹਨਾਂ ਦੀ ਫਾਈਲ ਕਿਨਾਂ ਦਾ ਵੀਜ਼ਾ ਰਿਫਿਊਜ਼ ਸਰਕਾਰ ਦੇ ਵੱਲੋਂ ਕੀਤਾ ਜਾਏਗਾ ਸੋ ਇਹਦੇ ਵਿੱਚ ਦੇਖੋ ਪਾਰਟਿਕੂਲਰ ਨੂੰ ਕੋਈ ਰਿਫਿਊਜ਼ਲ ਨੂੰ ਲੈ ਕੇ ਨਹੀਂ ਕੋਈ ਬਿਆਨ ਦਿੱਤਾ ਇਹਦਾ ਇੱਕ ਬੜਾ ਵੱਡਾ ਖੈਰ ਹਊਆ ਬਣਿਆ ਹੋਇਆ ਵੀ ਹੁਣ ਖਾਣੀ ਫਾਈਲਾਂ ਲੱਗਣੇ ਨਹੀਂ ਕੈਨੇਡਾ ਦੀਆਂ ਸੋ ਉਸ ਤਰੀਕੇ ਦੀ ਕੋਈ ਵੀ ਗੱਲਬਾਤ ਨਹੀਂ ਕਿ ਡਰਨ ਦਾ ਹੀ ਮਤਲਬ ਸਹਿਮ ਦਾ ਮਾਹੌਲ ਵਾਲੀ ਕੋਈ ਗੱਲ ਨਹੀਂ ਹੈਗੀ ਕੈਨੇਡਾ ਨੂੰ ਲੈ ਕੇ ਸੋ ਐਪਲੀਕੇਸ਼ਨਸ ਉਸੇ ਤਰੀਕੇ ਨਾਲ ਲੱਗਣਗੀਆਂ ਉਦੇ ਨਾਲ ਉਹਨਾਂ ਨੇ ਨਾ ਕਟੌਤੀ ਕੀਤੀ ਯਾਨੀ ਕਿ ਉਹ ਉਹਨਾਂ ਨੇ ਇੱਕ ਪ੍ਰੋਸੈਸ ਬਣਾ ਰਹੇ ਨੇ ਉਹ ਵੀ ਆਫਰ ਲੈਟਰ ਹੀ ਉਹਨੇ ਇੱਕ ਬੱਚਿਆਂ ਨੂੰ ਇਸ਼ੂ ਹੋਵੇ ਜਿਹਨਾਂ ਦੀ ਫਾਈਲ ਲੱਗ ਸਕੇ ਸੋ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਦੇਖੀਏ ਦੇ ਨਾਲ ਇੱਕ ਉਹਨਾਂ ਨੇ ਇੱਕ ਕਾਲਜਾਂ ਨੂੰ ਲੈ ਕੇ ਵੀ ਇਹਦੇ ਵਿੱਚ ਮਤਲਬ ਅਪਡੇਟ ਕੀਤੀ ਆ ਜੋ ਜਿਵੇਂ ਅੱਜ ਤੋਂ 5 ਜਾਂ 7 ਸਾਲ ਪਹਿਲਾਂ ਆਪਾਂ ਦੇਖੀਏ ਨਾਰਮਲੀ ਬੜੇ ਥੋੜੇ ਕਾਲਜ ਹੁੰਦੇ ਸੀ ਸ਼ਹਿਰਾਂ ਦੇ ਵਿੱਚ ਬਟ ਉਹ ਦੇਖੋ ਦੇਖ ਬਹੁਤ ਬੜੇ ਬਹੁਤ ਵਧੇ ਨੇ ਜਿਵੇਂ ਜਿਹੜੇ ਪਿੰਡਾਂ ਦੇ ਵਿੱਚ ਕਾਲ ਸੀ ਜਾਂ ਜਿਹੜੇ ਦੂਰ ਦਰੇਡੇ ਸੀ ਜਿੱਥੇ ਬੱਚੇ ਜਾਣਾ ਨਹੀਂ ਸੀ ਚਾਹੁੰਦੇ ਉਹ ਕਾਲਜਾਂ ਨੇ ਕੀ ਕਰਿਆ ਸ਼ਹਿਰਾਂ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਸੀ ਜਿਵੇਂ ਟੋਰਾਂਟੋ ਹੋ ਗਿਆ ਬ੍ਰੈਮਟਨ ਹੋ ਗਿਆ ਇੱਥੇ ਆ ਕੇ ਆਪਦੇ ਇੱਕ ਕੈਂਪਸ ਖੋਲ ਲਏ ਪ੍ਰਾਈਵੇਟ ਕਾਲਜ ਜਿਹੜੇ ਚੱਲਦੇ ਸੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਅਧੀਨ ਉੱਥੇ ਆ ਕੇ ਕੈਂਪਸ ਖੋਲਦੇ ਜਿਵੇਂ ਬੱਚੇ ਬੜੀ ਵੱਡੀ ਗਿਣਤੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੇ ਨੇ ਪਿਛਲੇ ਸਾਲਾਂ ਦੇ ਵਿੱਚ ਗਏ ਨੇ ਉਹ ਕਾਲਜਾਂ ਦੇ ਵਿੱਚ ਸੋ ਉਹਨਾਂ ਨੇ ਕਾਲ ਜੀ ਸ਼ਟਡਾਊਨ ਕਰ ਦੇਨੇ ਨੇ ਮਤਲਬ ਸ਼ਟਡਾਊਨ ਦਾ ਭਾਵ ਇਹ ਹੈ ਵੀ ਇਹ ਨਹੀਂ ਵੀ ਬੰਦ ਕਰ ਦੇਨੇ ਨੇ ਉਹ ਬੰਦ ਆਪ ਦੇ ਆਪ ਹੋ ਜਾਣੇ ਜਦੋਂ ਉੱਥੇ ਵਰਕ ਪਰਮਿਟ ਨਹੀਂ ਮਿਲਦਾ ਪੜਾਈ ਤੋਂ ਬਾਅਦ ਕਿਉਂਕਿ ਬੱਚਿਆਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਤਾਂ ਉੱਥੋਂ ਜਾਣਾ ਬੰਦ ਕਰ ਦੇਣਗੇ ਸੋ ਉਹਨਾਂ ਨੇ ਜਿਹੜੀ ਓਵਰਕਰਾਉਡਿੰਗ ਮਤਲਬ ਕੁਝ ਏਰੀਆ ਦੇ ਵਿੱਚ ਹੋ ਰਹੀ ਹੈ ਉਹਨੂੰ ਇੱਕ ਮਤਲਬ ਉਹਦੇ ਮੱਦੇ ਨਜ਼ਰ ਉਹਨਾਂ ਨੇ ਕਿਤੇ ਨਾ ਕਿਤੇ ਫੈਸਲਾ ਕੀਤੇ ਸੋ ਜਦੋਂ ਕਾਲਜ ਥੋੜੇ ਰਹਿ ਜਾਣੇ ਨੇ ਤਾਂ ਆਪੇ ਜਿਹੜਾ ਆਫਰ ਲੈਟਰ ਨੂੰ ਡਿਲੇ ਨਾ ਮਿਲਣਗੇ ਜਿਵੇਂ ਜਿਵੇਂ ਕੁਝ ਸਾਲ ਪਹਿਲਾਂ ਹੁੰਦਾ ਸੀ ਵੀ ਜੇ ਬੱਚੇ ਨੇ ਕੈਨੇਡਾ ਅਪਲਾਈ ਕਰਨਾ ਤਾਂ ਉਹਨੂੰ ਇੱਕ ਜਾਂ ਦੋ ਇੰਟਿਕ ਅਗਲਾ ਮਿਲਦਾ ਸੀਗਾ ਸੋ ਹੁਣ ਹਾਲਾਤ ਇਹ ਬਣੇ ਹੋ ਸੀ ਕਿ ਵੀ ਜੇ ਬੱਚੇ ਅੱਜ ਵੀ ਮਈ ਕਰਨੇ ਤਾਂ ਮਿਲ ਜੂਗਾ ਕਿਉਂਕਿ ਉਹਨਾਂ ਨੇ ਇੱਕ ਕੈਂਪਸ ਉਹ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਖੁੱਲੇ ਹੋਏ ਸੀ ਸੋ ਜਿਹੜੀ ਗਿਣਤੀ ਓਵਰਆਲ ਆਪਦੇ ਆਪ ਹੀ ਘਟ ਜਾਣੀ ਉਹ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਰਿਫਿਊਜ਼ਲ ਰੇਟ ਵਧਾਉਣਾ ਐਜਾ ਕੋਈ ਬਹਿ ਨਹੀਂ ਆਇਆ ਸਰਕਾਰ ਕੋਲੋਂ ਸੋ ਉਸ ਤਰੀਕੇ ਨਾਲ ਡਰਨ ਦੀ ਕੋਈ ਲੋੜ ਨਹੀਂ ਹੈਗੀ ਇੱਕ ਜਿਵੇਂ ਤੁਸੀਂ ਨਿੱਜੀ ਕਾਲਜਾਂ ਦੀ ਗੱਲ ਕੀਤੀ ਤਾਂ ਅੱਜ ਜਿਵੇਂ ਇਹ ਖਬਰ ਆਈ ਹੈ ਤਾਂ ਸਾਡੇ ਤੱਕ ਬਹੁਤ ਸਾਰੇ ਬੱਚਿਆਂ ਦੇ ਸਵਾਲ ਆਏ ਤੇ ਉਹਨਾਂ ਦੀ ਇਨਕੁਆਇਰੀ ਇਹ ਸੀਗੀ ਕਿ ਅ ਅਸੀਂ ਜਿਵੇਂ ਪੰਜਾਬ ਦੇ ਵਿੱਚ ਨਿੱਜੀ ਕਾਲਜਾਂ 'ਚ ਪੜ ਰਹੇ ਹਾਂ ਕੀ ਸਾਡੇ ਲਈ ਇਹ ਆਇਆ ਵੀ ਅਸੀਂ ਇੱਥੋਂ ਨਿੱਜੀ ਕਾਲਜਾਂ 'ਚੋਂ ਗ੍ਰੈਜੂਏਟ ਕੀਤੀ ਹੈ ਇਸ ਕਰਕੇ ਸਾਨੂੰ ਵੀਜ਼ਾ ਨਹੀਂ ਮਿਲੂਗਾ ਐਵੇਂ ਦਾ ਕੁਝ ਤਾਂ ਨਹੀਂ ਹੈਗਾ ਨਹੀਂ ਜੀ ਐਵੇਂ ਦਾ ਕੁਛ ਨਹੀਂ ਆਪੋ ਬਣਾਈਆਂ ਗੱਲਾਂ ਨਹੀਂ ਮਤਲਬ ਚਾਹੇ ਲਾਲੀਏ ਵੀ ਆਪਾਂ ਮੀਡੀਆ ਚੈਨਲ ਦੇ ਤਾਂ ਚਲੋ অথেন্টিਕੇਸ਼ਨ ਹੁੰਦੀ ਆ ਬਟ ਜਿਵੇਂ ਕਿ ਇਹਦੀ ਬਿਜਲੀ ਸੋਸ਼ਲ ਮੀਡੀਆ ਤੇ ਵਿਊਜ਼ ਲਾਈਕ ਨੂੰ ਲੈ ਕੇ ਆਪਦੇ ਆਪ ਕਹਾਣੀਆਂ ਚੱਲ ਪੈਂਦੀਆਂ ਨੇ ਸੋ ਉਵੇਂ ਦਾ ਕੁਛ ਨਹੀਂ ਹੈਗਾ ਉਰੋ ਚਾਹ ਪ੍ਰਾਈਵੇਟ ਤੋਂ ਪੜ ਰਹੇ ਬੱਚਾ ਜਾਂ ਪਬਲਿਕ ਤੋਂ ਪੜ ਰਹੇ ਸੋ ਮਤਲਬ ਕਿਤਨਾ ਕਿਤੇ ਵੀ ਜੋ ਸਾਰੀ ਮਨਸ਼ਾ ਸਮਝ ਆਉਂਦੀ ਹੈ ਮਤਲਬ ਓਵਰਆਲ ਜੋ ਉਹਨਾਂ ਨੇ ਅਪਡੇਟ ਕੀਤਾ ਹੈ ਉਹਦੇ ਵਿੱਚ ਇੱਕ ਤਾਂ ਕਿਤਨਾ ਕਿਤੇ ਇਹ ਲੱਗਿਆ ਵੀ ਮੈਚੁਰ ਬੱਚੇ ਹਣ ਥੋੜੇ ਜਿ ਵੀ ਜੇ ਘਟੂ ਘਟ ਸਪਾਉਜ਼ ਆ ਰਹੇ ਨੇ ਕਿਉਂਕਿ ਆਪਾਂ ਦੇਖੀ ਹੈ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋਇਆ ਮਤਲਬ ਸਪਾਉਜ਼ ਰਿਲੇਸ਼ਨਸ਼ਿਪ ਨੂੰ ਲੈ ਕੇ ਜਿਹੜਾ ਕੈਨੇਡਾ ਨੂੰ ਚ ਆਈਲੈਂਡਸ ਦੇ ਨਾਮ ਤੇ ਆਪਾਂ ਵਿਆਹਾਂ ਦੀ ਗੱਲ ਕਰੀਏ ਉਹ ਜੀ ਖਬਰ ਉਹ ਚੱਲਦੀਆਂ ਨੇ ਤਾਂ ਪਤਾ ਉਹਨਾਂ ਨੂੰ ਵੀ ਲੱਗਦਾ ਜਿਹੜੀ ਜਿੰਨੀ ਉਹਰੇ ਖਾਬਣਾ ਚਾਹ న్యూਸ ਚੈਨਲ ਤੇ ਹੋ ਗਿਆ ਚਾਹ ਅਖਬਾਰਾਂ ਤੇ ਕਹਿ ਲਈ ਉਹ ਸਾਰੀਆਂ ਰਿਪੋਰਟ ਦਾ ਹਿੱਸਾ ਬਣਦੀਆਂ ਨੇ ਜਦੋਂ ਉਹਨਾਂ ਨੇ ਕੋਈ ਨਵੀਂ ਪਾਲਿਸੀ ਬਣਾਉਣੀ ਹੁੰਦੀ ਆ ਵੀ ਆਹ ਕੁਛ ਚੱਲ ਰਿਹਾ ਹੈ ਪਿੱਛੇ ਆਹ ਪ੍ਰੋਬਲਮਾਂ ਨੇ ਵੀ ਆਪਾਂ ਨੂੰ ਹੱਲ ਕਿਵੇਂ ਕੀਤਾ ਜਾਵੇ ਇਹਦੇ ਵਿੱਚ ਓਵਰਆਲ ਜੇ ਤੁਸੀਂ ਦੇਖੋਗੇ ਮਤਲਬ ਸਾਰੇ ਜਿੰਨੇ ਅਪਡੇਟ ਕੀਤੇ ਨੇ ਇਹਦੇ ਵਿੱਚ ਇੱਕ ਤਾਂ ਉਹਨਾਂ ਨੇ ਜਿਹੜੀ ਛੋਟੀ ਉਮਰ ਚ ਵਿਆਹ ਹੋ ਰਹੇ ਸੀਗੇ ਸੋ ਉਹਤੇ ਇੱਕ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਇੱਕ ਸੌਦੇਬਾਜ਼ੀ ਸੀ ਹੋ ਰਹੀ ਸੀ ਵਿਆਹਾਂ ਨੂੰ ਲੈ ਕੇ ਜਾਂ ਕੈਨੇਡਾ ਨੂੰ ਲੈ ਕੇ ਉਹਨੂੰ ਕਿਤਨਾ ਕਿਤੇ ਠੱਲ ਪਾਈ ਜਾ ਸਕੀ ਵੀ ਜਿਹੜੇ ਜੈਨੂਨ ਰਿਲੇਸ਼ਨਸ਼ਿਪਸ ਨੇ ਵੀ ਜਿਹੜੇ ਮੈਰਿਜ ਹੋ ਰਹੀਆਂ ਨੇ ਉਹੀ ਕੈਨੇਡਾ ਦੇ ਵਿੱਚ ਮਤਲਬ ਜਿਹੜਾ ਉਹ ਕੈਨੇਡਾੋਂ ਦਾ ਲਾਹਾ ਲੈ ਸਕਣ ਵੀ ਜਿਹੜੇ ਬਾਕੀ ਉਹਦੇ ਨਾਮ ਤੇ ਜੋ ਠੱਗੀ ਚੱਲ ਰਹੀ ਹੈ ਚਾਹੇ ਉਹ ਕੁੜੀਆਂ ਨਾਲ ਹੋ ਰਹੀ ਹੈ ਚਾਹੇ ਮੁੰਡਿਆਂ ਨਾਲ ਹੋ ਰਹੀ ਹੈ ਚਾਹੇ ਇਮੀਗ੍ਰੇਸ਼ਨ ਦੇ ਨਾਲ ਵੀ ਇੱਕ ਸਾਫ ਦੀ ਠੱਗੀ ਹੋਇਆ ਠੀਕ ਹੈ ਜੀ ਉਹਨੂੰ ਕਿਤਨਾ ਕਿਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੇ ਨਾਲ ਹੀ ਜਿਹੜੀ ਓਵਰਕਰਾਊਡ ਹੋ ਰਹੀ ਹੈ ਕੁਝ ਸਿਟੀਜ਼ ਦੇ ਵਿੱਚ ਜਿਹੜੇ ਵੱਡੀ ਸਿਟੀਜ਼ ਦੇ ਵਿੱਚ ਜਿੱਥੇ ਆਪਾਂ ਦੇਖਦੇ ਨਾ ਵੀ ਵੱਡੇ ਵੱਡੇ ਲਾਈਨਾਂ ਲੱਗਦੇ ਨੇ ਜੌ ਕਿਹ ਪ੍ਰੋਬਲਮ ਦੀ ਗੱਲ ਆਉਂਦੀ ਏ ਸੋ ਸਰਕਾਰ ਨੇ ਉਸੇ ਮਤਲਬ ਮਤਲਬ ਉਸੇ ਦਾ ਹੱਲ ਕੱਢਣ ਦੇ ਲਈ ਇਹ ਚੀਜ਼ਾਂ ਕੀਤੀਆਂ ਨੇ ਠੀਕ ਹੈ ਇੱਕ ਚੀਜ਼ ਅਸੀਂ ਹੋਰ ਸੁਣੀ ਸੀ ਕਿ ਮਾਰਕ ਮਿਲਰ ਨੇ ਕਿਹਾ ਕਿ 온ਟਾਰੀਓ ਦੇ ਵਿੱਚ ਹੀ ਸਾਰੇ ਜਾਣਾ ਪ੍ਰੇਫਰ ਕਰਦੇ ਨੇ ਕਿ ਹਰ ਸਟੂਡੈਂਟ ਚਾਹੁੰਦਾ ਵੀ ਜੇ ਅਸੀਂ ਕੈਨੇਡਾ ਦੇ ਵਿੱਚ ਜਾਣਾ ਤਾਂ ਸੀ 온ਟਾਰੀਓ ਜਾਈਏ ਪਰ ਹੁਣ ਉਹ ਚਾਹੁੰਦੇ ਨੇ ਕਿ ਸਾਡੇ ਦੇਸ਼ ਦੇ ਵਿੱਚ ਜੇ ਕੋਈ ਆ ਰਿਹਾ ਤਾਂ ਉਥੇ ਵੀ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਹੈਗੇ ਨੇ ਜਿਹੜੇ ਵੀ ਕੈਨੇਡੀਅਨ ਵਿਦਿਆਰਥੀ ਜਿਹੜੇ ਬਾਹਰੋਂ ਆ ਰਹੇ ਨੇ ਵੀ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਜਾਣ ਤਾਂ ਇਸ ਦੇ ਪਿੱਛੇ ਕਾਰਨ ਕੀ ਉਹਨਾਂ ਦਾ ਰਿਹਾ ਹੈ ਵੀ ਸਿਰਫ 온ਟਾਰੀਓ ਦੇ ਵਿੱਚ ਹੀ ਸਾਰੇ ਸਟੂਡੈਂਟ ਨਾ ਭਰਤੀ ਹੋ ਜਾਣ ਸੋ ਦੇਖੋ ਇਹ ਤਾਂ ਇੱਕ 트ੈਂਡ ਦੀ ਗੱਲ ਹੈ ਜੀ ਆਪਾਂ ਪਿਛਲੇ ਸਾਲਾਂ ਦੇ ਵਿੱਚ ਧਿਆਨ ਦਈਏ ਜਿਵੇਂ ਚਾਹਸੀ ਵੀ ਚਲੋ ਇਹ ਲਾਈਨ ਦੇ ਵਿੱਚ ਅਸੀਂ ਨੋਟਿਸ ਕਰਦੇ ਆਂ ਜਦੋਂ ਵੀ ਕਿਸੇ ਨੇ ਆਉਣਾ ਤਾਂ ਚਲ ਹੁਣ ਥੋੜਾ ਜਿਹਾ ਥੱਲੇ ਜਰੂਰ ਪਈਓ ਉਸ ਚੀਜ਼ ਤੇ ਪਿਛਲੇ 6 ਮਹੀਨਿਆਂ ਦੀ ਤਾਂ ਹਰ ਇੱਕ ਬੰਦੇ ਨੇ ਆ ਕੇ ਪਹਿਲੀ ਪ੍ਰੈਫਰੈਂਸ ਹੈ ਜੀ ਜਿਹ ਪਿਛਲੇ ਸਾਲਾਂ ਦਾ 트ੈਂਡ ਦੇਖੀਏ ਜੇ ਕਦੇ ਵੀ ਕਿਸੇ ਨੂੰ ਪੁੱਛਣਾ ਵੀ ਜੇ ਅਸੀਂ ਬਾਹਰ ਚੱਲੇ ਹਾਂ ਤਾਂ ਕਿੱਥੇ ਜਾਣਾ ਤਾਂ ਸਭ ਤੋਂ ਪਹਿਲਾ ਜਿਹੜਾ ਜਵਾਬ ਆਉਂਦਾ ਸੀ ਉਹ ਇਹੀ ਹੁੰਦਾ ਸੀ ਵੀ ਸਾਨੂੰ ਗ੍ਰੈਂਪਟਨ ਭੇਜ ਦੋ ਉੱਥੇ ਕਿਉਂ ਜਾਣਾ ਸੀ ਉੱਥੇ ਸਾਡੇ ਰਿਸ਼ਤੇਦਾਰ ਨੇ ਮਾਸੀ ਦਾ ਮੁੰਡਾ ਜਾਂ ਦੋਸਤ ਸਹਿਮਤ ਨਾਰਮਲ ਬਤਲੋ ਜਵਾਬ ਹੁੰਦੇ ਸੀਗੇ ਐਪਲੀਕੈਂਟਸ ਦੇ ਬਲੋਂ ਅ ਸੋ ਉਹਦੇ ਨਾਲ ਜਿਹੜੀ ਓਵਰਕਰਾਉਡਿੰਗ ਮਤਲਬ ਬਹੁਤ ਵਧੀਆ ਮਤਲਬ ਸਪੈਸ਼ਲੀ ਮੈਂ ਜਿਹੜੀ ਟੋਰਾਂਟੋ ਬ੍ਰੈਂਟਨ ਦੀ ਗੱਲ ਕਰਾਂ ਜੇ ਅਸੀਂ ਨਿਗਾ ਵੀ ਮਾਰੋਗੇ ਤਾਂ ਜਿਹੜੇ ਕਿਉਂਕਿ ਇੱਕ ਤਾਂ ਜਿਹੜੇ ਯੂਜੀ ਪ੍ਰੋਗਰਾਮ ਸੀਗੇ ਉੱਥੇ ਬਹੁਤ ਸੀਗੇ ਅ ਐਸ ਕੰਪੈਰੀਟਿਵ ਟੂ ਬਾਕੀ ਸਟੇਟਸ ਦੇ ਆਪਾਂ ਗੱਲ ਕਰੀ ਕਾਲਜ ਵੀ ਸਭ ਤੋਂ ਵੱਧ ਉੱਥੇ ਨੇ ਜਿੱਥੇ ਸੀਟਸ ਹੋਣਗੇ ਕਾਲਜ ਹੋਣਗੇ ਉੱਥੇ ਓਵਰਕਰਾਉਡਿੰਗ ਵੀ ਵਧਣੀ ਹੈ ਤੇ ਉਹਦੇ ਮਤਲਬ ਆਪਾਂ ਨੂੰ ਸਿੱਟੇ ਵੀ ਮਤਲਬ ਪਿਛਲੇ ਦਿਨਾਂ 'ਚ ਸਾਹਮਣੇ ਆਨੇ ਚਾਹੇ ਉਹ ਧਰਨਿਆਂ ਦੇ ਰੂਪ 'ਚ ਦੇਖੀ ਅ ਮਤਲਬ ਤੁਸੀਂ ਦੇਖੋ ਵੀ ਬਾਕੀ ਕੈਨੇਡਾ ਦੇ ਹਿੱਸਿਆਂ ਦੇ ਵਿੱਚ ਨਹੀਂ ਉਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਜਿੰਨੇ ਆ ਤੁਹਾਨੂੰ ਬ੍ਰੈਂਪਟਨ ਟੋਰਾਂਟੋ ਵਾਲੇ ਜਿਹੜਾ ਜੀਟੀਏ ਏਰੀਆ ਵੀ ਉਹਦੇ ਵਿੱਚ ਮਤਲਬ ਜਿਹੜੀਆਂ ਮਤਲਬ ਆ ਰਹੀਆਂ ਨੇ ਚਾਹ ਧਰਨਾ ਨੂੰ ਲੈ ਕੇ ਹੋਣ ਚਾਹ ਕਾਲਜਿਸ ਨੂੰ ਲੈ ਕੇ ਪ੍ਰੋਬਲਮਸ ਹੋਣ ਬੱਚਿਆਂ ਦੀ ਹਨਾ ਉਹ ਜਿਹੜੇ ਸਾਹਮਣੇ ਆ ਰਹੀਆਂ ਸੋ ਉਸੇ ਦਾ ਕਿਤੇ ਨਾ ਕਿਤੇ ਇਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਹੈ ਜਿਵੇਂ ਹੁਣ ਜਦੋਂ ਗਿਣਤੀ ਦੇ ਕਾਲਜ ਮੇਨ ਸਿਟੀ ਦੇ ਵਿੱਚ ਰਹਿ ਜਾਣਗੇ ਸੋ ਆਬਵੀਅਸ ਹੀ ਗੱਲ ਹੈ ਉਹਨਾਂ ਦੀ ਸੀਟਸ ਵੀ ਲਿਮਟਿਡ ਹੋਣਗੀਆਂ ਫਿਰ ਬੱਚੇ ਨੇ ਜਿਹਨੇ ਜਾਣਾ ਉਹ ਆਪੇ ਪ੍ਰੇਫਰ ਕਰੂਗਾ ਜੀ ਮੈਨੂੰ ਕਿਸੇ ਮਤਲਬ ਦੂਰ ਦਰਾਡੇ ਵਾਲੀ ਸਿਟੀ 'ਚ ਭੇਜ ਦਿਓ ਠੀਕ ਹੈ ਇੱਕ ਤਾਂ ਨਾਲ ਹੀ ਉੱਥੇ ਪੀਆਰ ਜਲਦੀ ਹੋਣਾ ਬੱਚੇ ਨੇ ਆ ਔਨ ਟਾਪ ਆਫ ਥੈਟ ਏਮਪਲੋਇ ਜਿਵੇਂ ਆਪਾਂ ਵੱਡੀਆਂ ਸਿਟੀ ਤੋਂ ਬਾਹਰ ਜਾਂਦੇ ਆ ਤਾਂ ਜਿਹੜੇ ਤੁਹਾਨੂੰ ਹਾਇਰਿੰਗ ਵਾਲੇ ਬੋਰਡ ਵੀ ਜ਼ਿਆਦਾ ਦੇਖ ਨੂੰ ਮਿਲਣਗੇ ਵੱਡੀਆਂ ਸਿਟੀਜ਼ ਦੇ ਵਿੱਚ ਇਹ ਦਿੱਕਤ ਅਜਰੇ ਸਮੇਂ ਚ ਰਹਿਣ ਦੀ ਕੇ ਲਈਏ ਚਾਹ ਕੰਮ ਨੂੰ ਲੈ ਕੇ ਕੇ ਲਈਏ ਨਾਰਮਲ ਹੋਈ ਹੋਈ ਹੈ ਇਹ ਦਿੱਕਤਾਂ ਆ ਰਹੀਆਂ ਸੋ ਉਹੀ ਮਤਲਬ ਇਹਨਾਂ ਦਾ ਕਿਤਨਾ ਕਿਤੇ ਜਿਹੜਾ ਮੇਨ ਮਨਸ਼ਾ ਆਈ ਹੈ ਵੀ ਖੰਡਿਆਏ ਜਾਣ ਬੰਦੇ ਇੱਕ ਜਗ੍ਹਾ ਤੇ ਹੀ ਨਾ ਕੇ ਡੱਕਣ ਸਾਰੇ ਤੇ ਇਹਦੇ ਨਾਲ ਜਿਵੇਂ ਤੁਸੀਂ ਸਪਾਊਸ ਵੀਜ਼ੇ ਦਾ ਦੱਸ ਰਹੇ ਸੀਗੇ ਸਪਾਊਸ ਵੀਜ਼ਾ ਉਹ ਕਨੇਡਾ ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜੇ ਜਾਂ ਤਾਂ ਡਾਕਟੋਰੇਟ ਦੀ ਡਿਗਰੀ ਕਰ ਰਹੇ ਨੇ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ ਉਹਨਾਂ ਨੂੰ ਸਪਾਊਸ ਵੀਜ਼ਾ ਮਿਲੇਗਾ ਜਾਂ ਉਹਨਾਂ ਦੇ ਲਈ ਕੋਈ ਪ੍ਰੋਬਲਮ ਨਹੀਂ ਹੋਏਗੀ ਉਹਨਾਂ ਨੂੰ ਦਿੱਤਾ ਜਾਏਗਾ ਜੀ ਸੋ ਉਹਦੇ ਰਿਗਾਰਡਿੰਗ ਇਹ ਹੈ ਜੀ ਇਹਨਾਂ ਨੇ ਡਾਕਟੋਰੇਟ ਮਤਲਬ ਪੀ ਐਚ ਡੀ ਕਹ ਲਈ ਚਾਹੇ ਆਪਾਂ ਉਹ ਚਾਹੇ ਮਾਸਟਰਸ ਕਹ ਲਈ ਠੀਕ ਹੈ ਜਿਹੜੇ ਗ੍ਰੈਜੂਏਟ ਤੋਂ ਬਾਅਦ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਜਿਹੜਾ ਮਾਸਟਰ ਜਿਹੜਾ ਸਪਾਊਸ ਵੀਜ਼ਾ ਉਹ ਬਿਲਕੁਲ ਮਿਲੂਗਾ ਪਹਿਲਾਂ ਨਹੀਂ ਤਰਾ ਮਿਲਦਾ ਰਹੂਗਾ ऑन टॉप ऑफ दैट टू 360000 ਤੋਂ ਵੀ ਬਾਹਰ ਨੇ ਜੇ ਆਪਾਂ ਓਵਰਆਲ ਦੇਖੀਏ ਸਿਰਫ ਔਰ ਸਿਰਫ ਪਲੱਸ 2 ਤੋਂ ਬਾਅਦ ਜਿਹੜੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਨੇ ਉਹਨਾਂ ਤੇ ਰੈਸਟ੍ਰਿਕਸ਼ਨਸ ਕੁਛ ਨਾ ਕੁਛ ਲਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਬਟ ਜਿਹੜੇ ਗ੍ਰੈਜੂਏਟ ਬੱਚੇ ਨੇ ਉਹਨਾਂ ਦਾ तकरीबन ਉਸੇ ਤਰੀਕੇ ਨਾਲ ਕੰਮ ਚੱਲ ਰਿਹਾ ਜਿਵੇਂ ਪਹਿਲਾਂ ਚੱਲਦਾ ਸੀਗਾ ਬਸ ਉਹਨਾਂ ਦੇ ਜਿਹੜੇ ਕਾਲਜਸ ਦੀ ਲਿਸਟ ਹੈ ਉਹ ਜ਼ਰੂਰ ਕੱਟਆਫ ਹੋਈ ਹੈ ਜਿਹੜੇ ਆਪਾਂ ਕਹਿੰਦੇ ਪਬਲਿਕ ਪਾਰਟ ਜਿਹੜੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੇ ਵਿੱਚ ਜਿਹੜੇ ਕਾਲਜ ਚੱਲ ਰਹੇ ਸੀ ਜਦੋਂ ਉਹ ਕਾਲਜ ਬੰਦ ਹੋ ਜਾਣਗੇ ਤਾਂ ਸੀਟਸ ਦਾ ਜ਼ਰੂਰ ਰੌਲਾ ਪੈਣਾ ਵੀ ਮਤਲਬ ਘਟਨੇ ਨੇ ਉਹ ਖਿਆਰੂ ਉਹ ਓਵਰਆਲ ਸਾਰਿਆਂ ਨੂੰ ਪੈਣਾ ਫਰਕ ਬਟ ਓਵਰਆਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜਿਹੜੇ ਮਤਲਬ ਜਿਹੜੇ ਗ੍ਰੈਜੂਏਟ ਬੱਚੇ ਉਹਨਾਂ ਦਾ ਸਪੋਜ਼ ਵੀ ਲੱਗੂਗਾ ਸਾਰਾ ਕੁਝ ਹੈ ਤੇ ਉਹਦੇ ਨਾਲ ਇੱਕ ਗੱਲ ਇਹ ਵੀ ਹੈ ਜੀ ਜਿਹੜੇ ਹੁਣ ਬੱਚੇ ਅੰਡਰਗ੍ਰੈਜੂਏਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਵੀ ਜਾਣਗੇ ਕੈਨੇਡਾ ਸੋ ਉਹਨਾਂ ਉਹ ਇਹ ਵੀ ਡਰਨ ਦੀ ਲੋੜ ਨਹੀਂ ਜਿਸ ਦਾ ਵਿਆਹ ਅਸਲੀ ਹੈ ਵੀ ਅਸੀਂ ਸਪਾਊਸ ਬੁਲਾ ਨਹੀਂ ਸਕਦੇ ਉਹ ਬੁਲਾ ਸਕਦੇ ਨੇ ਉਹ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਗਈ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਉੱਤੇ ਜਿਹੜਾ ਮੇਨ ਐਪਲੀਕੈਂਟ ਆ ਉਹ ਆ ਗਿਆ ਫਿਰ ਉਹ ਆਪਦੇ ਸਪਾਊਸ ਨੂੰ ਸਪான்ਸਰ ਕਰ ਸਕਦਾ ਹੈ ਜੀ ਮਤਲਬ ਕਹਿੰਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਇੱਕ ਵਧੀਆ ਪ੍ਰੋਸੈਸ ਨਾਲ ਜਾ ਰਹੇ ਹੋ ਤੁਹਾਡੀ ਫਾਈਲ ਹੈਵੀ ਹੈ ਹੈਲਦੀ ਹੈ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਫਿਰ ਕੈਨੇਡਾ ਤੁਹਾਨੂੰ ਬਿਲਕੁਲ ਬੁਲਾਊਗਾ ਪਰ ਜੇਕਰ ਤੁਸੀਂ ਕੋਈ ਜੁਗਾਰ ਲਾਉਣਾ ਚਾਹੁੰਦੇ ਹੋ ਫਿਰ ਤੁਹਾਡੇ ਤੇ ਰਿਸਟ੍ਰਿਕਸ਼ਨ ਲੱਗਣਗੀਆਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਜਾਲਸਾਜ਼ੀ ਨੂੰ ਕਿਤਨਾ ਕਿਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਆਪਣੇ ਪਿੱਛੇ ਇੱਕ ਦੋ ਮੀਡੀਆ ਦੇ ਵਿੱਚ ਵੀ ਕੇਸ ਕਾਫੀ ਮਤਲਬ ਚੱਲੇ ਸੀਗੇ ਮਤਲਬ ਆਈ ਆਈਲੈਂਡਸ ਦੇ ਬਿਆਨ ਨੂੰ ਲੈ ਕੇ ਹਨ ਉਹ ਤੇ ਉਹ ਮਿਨਿਸਟਰੀ ਨੂੰ ਵੀ ਲੈਟਰ ਵੀ ਗਏ ਉਹਨਾਂ ਨੂੰ ਸਾਰਾ ਕੁਝ ਨੋਟਿਸਸ ਤੇ ਉਹਨਾਂ ਦੇ ਥੋੜਾ ਜਿਹਾ ਕੈਨੇਡੀਅਨ ਜਿਹੜਾ ਸਿਸਟਮ ਹੈ ਉਹ ਐਕਸ਼ਨ ਲੈਣ ਨੂੰ ਸਮਾਂ ਲਾਉਂਦੇ ਬਟ ਉਹਨਾਂ ਨੇ ਇੱਥੇ ਖੈਰ ਕਿਤਨਾ ਕਿਤੇ ਟੁਕਵਾ ਹੀ ਮਤਲਬ ਫੈਸਲਾ ਲਿਆ ਜਿਸ ਦੇ ਨਾਲ ਇਹ ਵੀ ਘੱਟੋ ਘੱਟ ਜਿਹੜੇ ਜਾਲਸਾਜ਼ੀ ਕਹਿ ਲਈਏ ਚਾਹੇ ਮਤਲਬ ਕਿਸੇ ਵੀ ਤਰ੍ਹਾਂ ਬੋਲੋ ਹੋਵੇ ਠੀਕ ਹੈ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਇੱਕ ਮੇਰਾ ਆਮ ਜਿਹਾ ਸਵਾਲ ਹੈ ਜਿਵੇਂ ਮੰਨ ਲਓ ਵੀ ਮੈਂ ਹੁਣ ਫਾਈਲ ਲਵਾਉਣੀ ਹੋਵੇ ਕੈਨੇਡਾ ਦੀ ਤੇ ਮੈਂ ਬਿਲਕੁਲ ਹੁਣੇ ਸਟਾਰਟ ਕਰ ਰਹੀ ਹਾਂ ਫਾਈਲ ਤਾਂ ਫਿਰ ਮੈਨੂੰ ਸਤੰਬਰ ਇਨਟੇਕ ਦੇ ਵਿੱਚ ਹੀ ਅਗੇ ਐਡਮਿਸ਼ਨ ਮਿਲੂਗੀ ਆ ਮੇਰੀ ਫਾਈਲ ਨੂੰ ਕਿਸ ਤਰੀਕੇ ਉਹ ਦੇਖਣਗੇ ਕੀ ਕੁਝ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਫਿਰ ਵੀਜ਼ਾ ਜਿਹੜਾ ਉਹ ਦਿੱਤਾ ਜਾਊਗਾ ਜੇ ਮੈਂ ਅੰਡਰਗ੍ਰੈਜੂਏਟ ਕਰਨ ਦੇ ਲਈ ਜਾਣਾ ਜਾਂ ਮੈਂ ਅੰਡਰਗ੍ਰੈਜੂਏਟ ਕੋਰਸ ਲਈ ਜਾ ਰਹੀ ਹਾਂ ਸੋ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਵੀ ਜੋੜਨੀ ਹੈ ਜਿਹੜੇ ਕੁਝ ਕਾਲਜ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਬੰਦ ਕਰਨੇ ਨੇ ਮਤਲਬ ਸੈਪਟੈਂਬਰ ਤੋਂ ਜਿਨ੍ਹਾਂ ਦੇ ਮਤਲਬ ਵਰਕ ਪਰਮਿਟ ਬੰਦ ਕਰਨਾ ਹੈ ਬੀਸਿਕਲੀ ਉਹ ਹਜੇ ਵੀ ਕੁਝ ਕਾਲਜ ਮੈਨ ਲਈ ਖੁੱਲੇ ਨੇ ਸੋ ਹਲੇ ਵੀ ਬੱਚੇ ਜਾ ਸਕਦੇ ਨੇ ਤੇ ਉਹਨਾਂ ਨੂੰ ਵਰਕ ਪਰਮਿਟ ਦੀ ਵੀ ਕੋਈ ਦਿੱਕਤ ਨਹੀਂ ਆਉਣੀ ਜਿਹੜੇ ਸੈਪਟੈਂਬਰ ਤੋਂ ਬਾਅਦ ਜਾਣਗੇ ਉਹਨਾਂ ਤੇ ਵਰਕ ਪਰਮਿਟ ਦੀ ਜਿਹੜੀ ਮਤਲਬ ਪ੍ਰੋਬਲਮ ਆਉਣੀ ਹੈ ਸਿਰਫ ਉਹ ਕਾਲਜਾਂ ਦੇ ਵਿੱਚ ਪਰ ਜਿਹੜੇ ਮੇਨ ਕੈਂਪਸ ਦੇ ਵਿੱਚ ਜਿਵੇਂ ਪਹਿਲਾਂ ਜਾਂਦੇ ਸੀ ਹਰ ਤੋਂ 4-5 ਸਾਲ ਪਹਿਲਾਂ ਜਿਹੜੇ ਬੱਚੇ ਜਾਂਦੇ ਸੀ ਜਿਹੜੇ ਪਿਓਰ ਮਤਲਬ ਕੈਂਪਸ ਨੇ ਜਿਨ੍ਹਾਂ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਹੀਂ ਹੈਗੀ ਕਿਸੇ ਵੀ ਕਾਲਜ ਦੇ ਨਾਲ ਉਹ ਕਾਲਜਾਂ ਚ ਉਸੇ ਤਰੀਕੇ ਨਾਲ ਵੀਜ਼ਾ ਪ੍ਰੋਸੈਸ ਹੋਣਾ ਸੋ ਜਿਵੇਂ ਪਹਿਲਾਂ ਚੱਲਦਾ ਸੀਗਾ ਉਹਨਾਂ ਨੂੰ ਬਸ ਇੰਨਾ ਜ਼ਰੂਰ ਹੈ ਵੀ ਹੁਣ ਕੋਟਾ ਸਿਸਟਮ ਬਣ ਜਾਣਾ ਇੱਕ ਵੀ ਸੀਟਸ ਇਹ ਨਹੀਂ ਹੋਗਾ ਵੀ ਆਫਰ ਲੈਟਰ ਬੇਹਿਸਾਬੇ ਚੱਲਣਗੇ ਅ ਮੇਬੀ ਤੁਸੀਂ ਨੋਟ ਕੀਤਾ ਹੋਵੇ ਪਿਛਲੇ ਛਮਾਹੀ ਸਾਲ ਦੇ ਵਿੱਚ ਇਹ ਵੀ ਕੇਸ ਆਏ ਨੇ ਵੀ ਬੱਚੇ ਜ਼ਿਆਦੇ ਹੋ ਗਏ ਸੀਟਸ ਘੱਟ ਸੀਗੀਆਂ ਸੋ ਆਫ ਲੈਟਰ ਜ਼ਿਆਦਾ ਇਸ਼ੂ ਹੋ ਗਏ ਸੋ ਉੱਥੇ ਕੋਈ ਕੈਪ ਨਹੀਂ ਸੀ ਲੱਗਿਆ ਸੋ ਉਹ ਵੀ ਕਿਤਨਾ ਕਿਤੇ ਹੁਣ ਇਮੀਗ੍ਰੇਸ਼ਨ ਦੇ ਧਿਆਨ ਵਿੱਚ ਇਹ ਸੀ ਚੀਜ਼ ਵੀ ਬੱਚਿਆਂ ਨੂੰ ਵੀਜ਼ਾ ਜ਼ਿਆਦਾ ਅਲੋਟ ਹੋ ਗਿਆ ਕਾਲਜ ਕੋਲ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਸੋ ਤਾਂ ਹੀ ਉਹਨਾਂ ਨੇ ਕੈਪ ਸਿਸਟਮ ਲੈ ਕੇ ਆਏ ਨੇ ਵੀ ਉਹਨੇ ਕਿ ਬੱਚੇ ਆਉਣ ਜਿਨ੍ਹਾਂ ਨੂੰ ਅਕਮੋਡੇਟ ਸਿਟੀ ਜਾਂ ਜਿਹੜਾ ਕਾਲਜ ਹੈ ਉਹ ਕਰ ਸਕੇ ਬਟ ਇਦਰ ਵੀਜ਼ ਆਰ ਵੀਜ਼ ਦੇਤੇ ਕੋਈ ਮਤਲਬ ਇਫੈਕਟ ਨਹੀਂ ਪੈਣਾ ਤੇ ਵਿਦਿਆਰਥੀ ਪੰਜਾਬ ਦੇ ਵਿੱਚ ਇਸ ਸਮੇਂ ਹੈਗੇ ਨੇ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦਾ ਮੈਸੇਜ ਦੇਣਾ ਚਾਹੋਗੇ ਕਿਸ ਤਰੀਕੇ ਉਹਨਾਂ ਨੂੰ ਅਵੇਅਰ ਕਰਨਾ ਚਾਹੋਗੇ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ ਕੈਨੇਡਾ ਦੇ ਰੂਲਸ ਜਿਹੜੇ ਨਵੇਂ ਬਣਾਏ ਗਏ ਨੇ ਉਹਨਾਂ ਨੂੰ ਜੇਕਰ ਫਾਲੋ ਕਰਾਂਗੇ ਤਾਂ ਫਿਰ ਉਸ ਤੋਂ ਬਾਅਦ ਆਰਾਮ ਨਾਲ ਕੋਈ ਵੀ ਵਿਦਿਆਰਥੀ ਜਿਹੜਾ ਕੈਨੇਡਾ ਜਾ ਸਕਦਾ ਹੈ ਸੋ ਇਹਦੇ ਵਿੱਚ ਸੱਚਮੁੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਜਿਨ੍ਹਾਂ ਨੇ ਜੈਨੂਇਨ ਤਰੀਕੇ ਨਾਲ ਆਪਦੇ ਵੀਜ਼ਾ ਪ੍ਰੋਸੈਸਿੰਗ ਕਰਨੇ ਸੀਗੇ ਤੇ ਉਹਦੇ ਨਾਲੇ ਜਿਹੜੇ ਗ੍ਰੈਜੂਏਟ ਮਤਲਬ ਤੋਂ ਬਾਅਦ ਵਾਲੇ ਬੱਚੇ ਨੇ ਗ੍ਰੈਜੂਏਸ਼ਨ ਤੋਂ ਬਾਅਦ ਵਾਲੇ ਬੱਚੇ ਨੇ ਉਹਨਾਂ ਲਈ ਤਾਂ ਜਿਵੇਂ ਦਾ ਪ੍ਰੋਸੈਸ ਹੈਗਾ ਜੀ ਉਸ ਤਰੀਕੇ ਦੀ ਚੱਲਦਾ ਰਹਿਣਾ ਹੈ ਉਹਨਾਂ ਨੂੰ ਤਾਂ ਕੋਈ ਫਿਕਰ ਕਰਨੀ ਭੋਰਾ ਵੀ ਲੋੜ ਨਹੀਂ ਹੈਗੀ ਪਰ ਉਹਦੇ ਨਾਲੇ ਜਿਹੜੇ ਅੰਡਰਗ੍ਰੈਡ ਦੇ ਵਿੱਚ ਵੀ ਨੇ ਬੱਚੇ ਤਾਂ ਉਹਦੇ ਨਾਲੇ ਆਪਾਂ ਨੂੰ ਪਤਾ ਹੈ ਵੀ ਪਿਛਲੇ ਸਾਲ ਆਈ ਥਿੰਕ ਲਾਸਟ ਈਅਰ ਆਪਣੇ ਇੰਡੀਅਨ ਗਵਰਨਮੈਂਟ ਨੇ ਵੀ ਇੱਕ ਫੈਸਲਾ ਲੈ ਕੇ ਆਇਆ ਸੀ ਵੀ ਜਿਹੜੀ ਵਿਆਹ ਦੀ ਜਿਹੜੀ ਲਿਮਟ ਹੈ ਜਿਹੜੀ ਏਜ ਲਿਮਟ ਹੈ ਉਹਨੂੰ ਇਨਕਰੀਜ਼ ਕੀਤਾ ਸੀ ਬਟ ਉਹ ਹਾਲੇ ਇੰਪਲੀਮੈਂਟ ਨਹੀਂ ਹੋਈ ਤੇ ਨਾਲ ਜਦੋਂ 21 ਸਾਲ ਵਾਲੀ ਉਹ ਇੰਪਲੀਮੈਂਟ ਹੋ ਜਾਣੀ ਹੈ ਤਾਂ ਜੇ ਆਪਾਂ ਟੈਕਨੀਕਲੀ ਦੇਖੀਏ ਇੱਕ ਬੱਚਾ ਜਿਹੜਾ ਉਹ 18 ਸਾਲ ਦਾ ਦੇ ਅੰਦਰ ਅੰਦਰ ਆਪਣਾ ਵੀ ਜਿਹੜੀ ਆਪਣੀ ਪੜ੍ਹਾਈ ਪੂਰੀ ਕਰਦਾ ਹੈ ਪਲੱਸ 2 ਦੀ ਜਾਂ 3 ਸਾਲ ਉਹਦੇ ਗ੍ਰੈਜੂਏਸ਼ਨ ਦੇ ਪਾਈਏ ਉਹਨੂੰ ਵੈਸੇ ਵੀ 21 ਸਾਲ ਦੀ ਲਿਮਟ ਜਦੋਂ ਇੰਪਲੀਮੈਂਟ ਹੋਗੀ ਵੈਸੇ ਵੀ ਗ੍ਰੈਜੂਏਸ਼ਨ ਤੋਂ ਬਾਅਦ ਹੀ ਜਾਇਆ ਜਾਣਾ ਹੈ ਠੀਕ ਹੈ ਜੋ ਦੋਨਾਂ ਨੇ ਐਕਚੁਅਲੀ ਵਿੱਚ ਜੋ ਰੋਲ ਇੰਪਲੀਮੈਂਟ ਹੋ ਗਿਆ ਤੇ ਉਹਦੇ ਨਾਲ ਹੁਣ ਜੇ ਕੋਈ ਪ੍ਰੋਸੈਸ ਕਰਨਾ ਚਾਹੁੰਦਾ ਆਪਦੀ ਫੈਲੋ ਹਾਲੇ ਪੁਰਾਣੇ ਰੂਲਸ ਦੇ ਵਿੱਚ ਹੀ ਕਰ ਸਕਦਾ ਜਿਹੜੇ ਸਪਾਊਸ ਵਾਲੇ ਨੇ ਜਿਨ੍ਹਾਂ ਤੇ ਮਈ ਦੇ ਵਿੱਚ ਜਾਂ ਆਫਰ ਆਇਆ ਵੀ ਨਹੀਂ ਜਾਂ ਆਪਦੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਪਰ ਉਸ ਤੋਂ ਬਿਨਾ ਜੇ ਤੁਹਾਡਾ ਜੈਨੂਇਨ ਮੈਰਿਜ ਹੈ ਗਿਆ ਭੋਰਾ ਵੀ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਆਪਦੀ ਪੜ੍ਹਾਈ ਕੰਪਲੀਟ ਕਰੋ ਠੀਕ ਹੈ ਜੇ ਆਫਟਰ ਸੈਪਟੈਂਬਰ ਵੀ ਲਾ ਰਹੇ ਹੋ ਤਾਂ ਜੇ ਵੀ ਤੁਸੀਂ ਵਰਕ ਪਰਮਿਟ ਤੇ ਆਉਂਗੇ ਤੁਸੀਂ ਆਪਦੇ ਸਪਾਊਸ ਨੂੰ ਸਪான்ਸਰ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹ ਤੇ ਉਹਦੇ ਨਾਲ ਹੀ ਜਿਹੜੇ ਸਿੰਗਲ ਬੱਚੇ ਨੇ ਜਿਹੜੇ ਸਿੰਗਲ ਐਪਲੀਕੈਂਟ ਨੇ ਜਿਹੜੇ ਆਪ ਦਾ ਜਾਣਾ ਚਾਹੁੰਦੇ ਨੇ ਮਤਲਬ ਕੈਨੇਡਾ ਉਹਨਾਂ ਨੂੰ ਉਹੀ ਸ਼ਹਿਰਾਂ ਦੇ ਵਿੱਚ ਕਾਲਜ ਜ਼ਰੂਰ ਮਿਲਣਗੇ ਜਿੱਥੇ ਉਹ ਜਾਣਾ ਚਾਹੁੰਦੇ ਨੇ ਬਟ ਉਹਦੇ ਇੱਕ ਲਿਮਟ ਲੱਗਣੀ ਹੈ ਵੀ ਉਹ ਇਨਟੇਕ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਤੇ ਜਿਹੜੇ ਇੱਕ ਬੇਲੋੜੇ ਕੈਂਪਸ ਜਾਂ ਕੇ ਲਈ ਵੀ ਪ੍ਰਾਈਵੇਟ ਇੰਸਟੀਚਿਊਟ ਖੁੱਲੇ ਹੋਏ ਸੀਗੇ ਮਤਲਬ ਹਰੇਕ ਜਿਹੜੇ ਕਾਲਜ ਦੂਦ ਰੇਡੇ ਵਾਲੇ ਕਾਲਜ ਸੀ ਉਹਨਾਂ ਨੇ ਆ ਕੇ ਕੈਂਪਸ ਖੋਲੇ ਹੋਏ ਸੀ ਉਹਨਾਂ ਤੇ ਜਦੋਂ ਨੱਥ ਪੈਗੀ ਤਾਂ ਉਹ ਓਬਵੀਅਸ ਹੀ ਗੱਲ ਆਫਰ ਲੈਟਰ ਘਟਣਗੇ ਜਦੋਂ ਆਫਰ ਲੈਟਰ ਘਟੇਗੀ ਤਾਂ ਵੀਜ਼ਾ ਐਪਲੀਕੈਂਟ ਵੀ ਉਹ ਇੰਟੇਕਲੀ ਘਟ ਨਹੀਂ ਘਟਣਗੇ ਸੋ ਇਹਦਾ ਰਿਫਿਊਜ਼ਲ ਰੇਸ਼ੋ ਤੇ ਹਾਲ ਦੀ ਘੜੀ ਤੱਕ ਇਸ ਚੀਜ਼ ਦਾ ਕੋਈ ਅਸਰ ਨਹੀਂ ਹਾਂ ਤੁਹਾਡੀ ਪ੍ਰੋਫਾਈਲ ਜ਼ਰੂਰ ਮੈਟਰ ਕਰੂਗੀ ਉਹ ਚੰਗੀ ਹੈ ਮਾੜੀ ਹੈ ਸਕੋਰ ਘਟਨੇ ਵੱਧਨੇ ਉਹਦੇ ਬੇਸਿਸ ਤੇ ਹੀ ਮਨ ਲਓ ਜਿਹੜਾ ਵੀਜ਼ਾ ਉਹ ਆਉਣੇ ਇੱਕ ਚੀਜ਼ ਹੋਰ ਸਮਝਣਾ ਚਾਹਾਂਗੀ ਕਿ ਜਿਵੇਂ ਉਹਨਾਂ ਕਿਹਾ ਵੀ ਅਸੀਂ 3.5 ਲੱਖ ਹੀ ਵੀਜ਼ੇ 1 ਸਾਲ ਦੇ ਵਿੱਚ ਦਵਾਂਗੇ ਐਵੇਂ ਵੀ ਹੋ ਸਕਦਾ ਹੈ ਕਿ ਪਹਿਲਾ ਪ੍ਰੋਸੈਸ ਲਗਾਤਾਰ ਚੱਲਦਾ ਰਹੂਗਾ ਵੀ ਅੱਧੇ ਸਾਲ ਦੇ ਵਿੱਚ ਹੀ 3.5 ਲੱਖ ਵੀਜ਼ਾ ਦੇ ਦੇ ਤੇ ਉਸ ਤੋਂ ਬਾਅਦ ਬਿਲਕੁਲ ਬੰਦ ਕਰ ਦਿੱਤਾ ਜਾਂ ਹਰ ਮਹੀਨੇ ਇੱਕ ਟਾਈਮ ਡਿਊਰੇਸ਼ਨ ਦੇ ਵਿੱਚ ਲਿਮਟ ਰੱਖੀ ਜਾਊਗੀ ਕਿ ਇਸ ਟਾਈਮ ਦੇ ਵਿੱਚ ਇੰਨੇ ਵੀਜ਼ੇ ਦੇਣੇ ਆ ਇਸ ਟਾਈਮ 'ਚ ਇੰਨੇ ਤਾਂ ਜੋ ਸਾਰਾ ਸਾਲ ਪ੍ਰੋਸੈਸ ਚੱਲਦਾ ਰਹੇ ਕੰਟੀਨਿਊ ਰਹੇ ਇੱਕਦਮ ਸਟਾਰਟ ਹੋ ਕੇ ਇੱਕਦਮ ਬੰਦ ਨਾ ਹੋ ਜਾਵੇ ਜੀ ਸੋ ਇਸ ਤਰੀਕੇ ਨਾਲ ਹਾਲ ਦੀ ਘੜੀ ਤਾਂ ਨਹੀਂ ਲੱਗਦਾ ਵੀ ਇਸ ਤਰੀਕੇ ਨਾਲ ਹੋਣਾ ਵੀ 6 ਮਹੀਨਿਆਂ ਚ ਵੀਜ਼ਾ ਕੋਟਾ ਨਿਬੜ ਗਿਆ ਤੇ ਉਸ ਤੋਂ ਬਾਅਦ ਚੱਲਣਾ ਇਹਨਾਂ ਨੇ ਜੀ 3.60 ਲੱਖ ਦੀ ਰੇਸ਼ੋ ਲੈ ਕੇ ਨੰਬਰ ਲੈ ਕੇ ਆਏ ਨਹੀਂ ਤਾਂ ਇਹ ਪ੍ਰੋਪਰ ਇਹਦੇ ਤੇ ਇਹਨਾਂ ਨੇ ਸਟੱਡੀ ਕੀਤੀ ਉਹਨਾਂ ਵੀ ਕਿਹੜੇ ਕਾਲਜ ਨੂੰ ਕਿਹੜੇ ਇਨਟੇਕ ਦੇ ਕਿੰਨੀਆਂ ਸੀਟਸ ਨੇ ਉਹ ਇਨਟੇਕ ਹੀ ਫੁੱਲ ਹੋ ਜਾਇਆ ਕਰਨ ਜਿਵੇਂ ਮੇਜਰ ਲਈ ਆਪਾਂ ਦੀ ਮੈਜੋਰਟੀ ਆਪਣੇ ਤਿੰਨ ਹੀ ਇਨਟੇਕ ਹੁੰਦੇ ਨੇ 1 ਜਨਵਰੀ ਲੈ ਕੇ ਲਈਏ ਮਈ ਕਹੇ ਲੋ ਤੇ ਕਿ ਸੈਪਟੈਂਬਰ ਕਹੇ ਲੋ ਸੋ ਉਹਨਾਂ ਨੇ ਕਾਲਜਾਂ ਨੂੰ ਉਸ ਅਕੋਰਡਿੰਗ ਸੀਟਸ ਦੇ ਦੇਣੀਆਂ ਜਨਾਂ ਜਾਂ ਕਾਲਜ ਨੇ ਪਹਿਲਾਂ ਹੀ ਕਿਹਾ ਹੋਣਾ ਵੀ ਸਾਡੇ ਕੋਲ ਇੰਨੀ-ਇੰਨੀ ਸੀਟਸ ਅਸੀਂ ਪੜਾ ਸਕਦੇ ਹਾਂ ਉਸ ਅਕੋਰਡਿੰਗ ਯੂ ਨੰਬਰ ਕਿਤੇ ਨਾ ਕਿਤੇ ਨਿਕਲ ਕੇ ਆਇਆ ਸੋ ਇਹ ਨਹੀਂ ਹੋਣਾ ਵੀ 6 ਮਹੀਨੇ ਚ ਵੀ ਜੂਨ ਤੱਕ ਵੀਜ਼ੇ ਆ ਗਏ ਜੂਨ ਤੋਂ ਦਸੰਬਰ ਔਰ ਵੇਟ ਕਰੋ ਹੁਣ ਅਗਲੇ ਸਾਲ ਸੋ ਇਸ ਤਰੀਕੇ ਨਾਲ ਨਹੀਂ ਚੀਜ਼ ਹੋਣੀ ਇਸ ਫੈਸਲੇ ਦੇ ਨਾਲ ਕੈਨੇਡਾ ਸਰਕਾਰ ਦੇ ਇਸ ਫੈਸਲੇ ਦੇ ਨਾਲ ਇੱਕ ਜਿਹੜੀ ਵੱਡੀ ਇੰਡਸਟਰੀ ਪੰਜਾਬ ਦਾ ਭਾਰਤ ਦੇ ਵਿੱਚ ਹੈ ਜਿਹੜੀ ਇਮੀਗ੍ਰੇਸ਼ਨ ਸੈਂਟਰਸ ਦੀ ਆਇਲ ਸੈਂਟਰਸ ਦੀ ਹੈ ਉਸ ਇੰਡਸਟਰੀ ਤੇ ਵੀ ਇੱਕ ਵੱਡਾ ਜਿਹੜਾ ਫਰਕ ਹੈ ਉਹ ਉਹਨੂੰ ਪਾਊਗਾ ਕਿਉਂਕਿ ਓਬਵੀਅਸਲੀ ਗੱਲ ਹੈ ਸਟੂਡੈਂਟਸ ਦੇ ਵੀਜ਼ੇ ਘਟਣਗੇ ਤਾਂ ਉਸ ਇੰਡਸਟਰੀ ਨੂੰ ਵੀ ਸੱਟ ਲੱਗੂਗੀ ਜੇ ਆਪਾਂ ਕਿਤੇ ਨਾ ਕਿਤੇ ਦੇਖੀਏ ਤਾਂ 101% ਇੱਕ ਤਾਂ ਜਿਹੜੇ ਵਿਆਹ ਵਾਲਾ ਜਿਹੜਾ ਸਿਸਟਮ ਚੱਲਦਾ ਸੀ ਹਨਾ ਉਹ ਤੇਰਾ ਅਸਲ ਰਹਿ ਨਹੀਂ ਰਹਿਣਾ ਹੈ ਉਤੇ ਵੱਡਾ ਇੰਪੈਕਟ ਉਹ ਚੀਜ਼ ਦੇ ਉੱਤੇ ਹੈ ਬਾਕੀ ਜਿਹੜੇ ਜੈਨੂਇਨ ਸਟੂਡੈਂਟ ਸੀ ਉਹਨਾਂ ਦਾ ਪ੍ਰੋਸੈਸ ਉਸੇ ਤਰੀਕਾ ਨਾਲ ਚੱਲਦਾ ਰਹਿਣਾ ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤਾ ਵੱਡਾ ਫਰਕ ਪੈਣਾ ਇੰਨੀ ਥੋੜੀ ਜਿਹੀ ਰੀਸੈਟ ਦੀ ਲੋੜ ਵੀ ਸੀਗੀ ਕਿਉਂਕਿ ਜੇ ਆਪਾਂ ਜਿਹੜੇ ਬੱਚੇ ਨੇ ਜਾਣ ਉਹਨਾਂ ਨੇ ਵੀ ਕੈਨੇਡੀਅਨ ਸਿਸਟਮ ਦੇ ਵਿੱਚ ਜਾਣਾ ਸੋ ਤਾਂ ਜੋ ਉਹਨਾਂ ਨੂੰ ਵੀ ਜਿਹੜੇ ਸਰਵਿਸਿਸ ਨੇ ਉਸ ਸਮੇਂ ਸਿਰ ਮਿਲਦੀਆਂ ਰਹਿਣ ਸੋ ਮੈਨੂੰ ਲੱਗਦਾ ਵੀ ਜਿਹੜੇ ਲ ਰੁਪਈਆ ਲਾ ਕੇ ਉਹ ਬੱਚਾ ਜਾ ਰਿਹਾ ਹੈ ਜਿਹਨੂੰ ਸਰਵਿਸ ਨਾ ਮਿਲੀ ਉੱਥੇ ਕੈਨੇਡਾ ਜਾ ਕੇ ਵੀ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਜਦੋਂ ਇੱਕ ਲਿਮਟਿਡ ਜਿਹੜੀ ਇਮੀਗ੍ਰੇਸ਼ਨ ਹੋਣੀ ਹੈ ਇੱਥੋਂ ਜਾਂ ਇੱਕ ਕਿਹੜੀ ਇੱਕ ਇੱਕ ਸੈੱਟ ਤਰੀਕੇ ਨਾਲ ਹੋਣੀ ਹੈ ਵੀ ਰੈਗੂਲੇਟਡ ਹੋਣੀ ਹੈ ਉਹਦੇ ਨਾਲ ਜਿਹੜੇ ਜਾ ਰਹੇ ਨੇ ਉਹਨਾਂ ਦਾ ਵੀ ਫਾਇਦਾ ਹੋਣਾ ਜਿਹਨੇ ਜਾਣਾ ਉਹਨ ਤਾਂ ਦੇਖੋ ਚਲੀ ਜਾਣਾ ਬਟ ਡਰਨ ਦੀ ਭੋਰਾ ਵੀ ਲੋੜ ਨਹੀਂ ਤੇ ਜਿਹੜੇ ਜੈਨੂਇਨ ਤਰੀਕੇ ਨਾਲ ਜਿੰਨੇ ਵੀ ਵੀਜ਼ਾ ਐਪਲੀਕੈਂਟ ਨੇ ਉਹਨਾਂ ਦਾ ਪ੍ਰੋਸੈਸ ਉਸੇ ਤਰੀਕੇ ਨਾਲ ਚੱਲਦਾ ਰਹਿਣਾ ਇੱਕ ਮੈਂ ਹੋਰ ਚੀਜ਼ ਸਮਝਣਾ ਚਾਹੂੰਗੀ ਕਿ ਜਿਵੇਂ ਹੀ ਇਹ ਖਬਰ ਆਈ ਨਾ ਤੇ ਪੰਜਾਬ ਚ ਇਸ ਖਬਰ ਨੂੰ ਐ ਲਿਆ ਗਿਆ ਕਿ ਵਿਦਿਆਰਥੀਆਂ ਦੇ ਲਈ ਇੱਕ ਵੱਡਾ ਚਟਕਾ ਕੈਨੇਡਾ ਸਰਕਾਰ ਨੇ ਇੱਕ ਵੱਡਾ ਫੈਸਲਾ ਲੈ ਲਿਆ ਪਰ ਇਸ ਸੀਜ਼ ਨੂੰ ਐਵੇਂ ਵੀ ਤਾਂ ਸਮਝਿਆ ਜਾ ਸਕਦਾ ਹੈ ਕਿ ਕੈਨੇਡਾ ਦੀ ਸਰਕਾਰ ਆਪਣੇ ਦੇਸ਼ ਨੂੰ ਬੈਟਰ ਬਣਾਉਣ ਦੇ ਲਈ ਇੱਕ ਉਪਰਾਲਾ ਕਰ ਰਹੀ ਹੈ ਕਿਉਂਕਿ ਆਬਵੀਅਸਲੀ ਗੱਲ ਹੈ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਤਾਂ ਸਾਡੀ ਗਵਰਨਮੈਂਟ ਵੀ ਉਹ ਟਰਾਈ ਕਰੂਗੀ ਕਿ ਅਸੀਂ ਕਿਸ ਤਰੀਕੇ ਆਪਣੀ ਆਪਣੇ ਲੋਕਾਂ ਨੂੰ ਆਪਣੀ ਇਕਨੋਮੀ ਨੂੰ ਆਪਣੇ ਰੈਂਟ ਸੈਂਡ ਦੇ ਤਰੀਕੇ ਨੂੰ ਸਟੇਬਲ ਕਰਕੇ ਰੱਖਣਾ ਹੈ ਤਾਂ ਕੈਨੇਡਾ ਸਰਕਾਰ ਨੇ ਜੀ ਇਹ ਫੈਸਲਾ ਲਿਆ ਤਾਂ ਇਹ ਉਹਨਾਂ ਨੇ ਆਪਣੇ ਦੇਸ਼ ਦੀ ਭਲਾਈ ਲਈ ਆਪਣੇ ਲੋਕਾਂ ਦੀ ਭਲਾਈ ਲਈ ਜਾਂ ਜਿਹੜੇ ਉੱਥੇ ਸਟੂਡੈਂਟਸ ਵੀ ਆ ਰਹੇ ਨੇ ਉਹਨਾਂ ਦੀ ਭਲਾਈ ਲਈ ਲਿਆ ਕਿਉਂਕਿ ਉਹਨਾਂ ਨੇ ਇੱਕ ਉਹਦੇ ਵਿੱਚ ਲਾਈਨ ਕਹੀ ਸੀ ਕਿ ਅਕਮੋਡੇਸ਼ਨ ਨਹੀਂ ਮਿਲ ਰਹੀ ਬੱਚਿਆਂ ਨੂੰ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਕਿੰਨੇ ਕਿੰਨੇ ਮਹੀਨੇ ਫ੍ਰੀ ਬੈਠੇ ਰਹਿੰਦੇ ਨੇ ਇਸ ਕਰਕੇ ਅਸੀਂ ਇਹ ਕੰਮ ਘਟਾਉਣਾ ਚਾਹੁੰਦੇ ਹਾਂ ਬਿਲਕੁਲ ਸੋ ਦੇਖੀ ਉੱਥੇ ਦੇ ਜਿਹੜੇ ਸਿਟੀਜ਼ਨ ਜਾਂ ਨਾਗਰਿਕ ਨੇ ਉਹਨਾਂ ਨੂੰ ਵੀ ਜੇ ਆਪਾਂ ਇੱਕ ਪਾਸੇ ਰੱਖਦੇ ਜਿਹੜੇ ਜਾ ਰਹੇ ਨੇ ਉਹਨਾਂ ਦੇ ਵੀ ਫਾਇਦੇ ਦੀ ਗੱਲ ਜਦੋਂ ਉਹਨਾਂ ਨੂੰ ਹੁਣ ਲੱਖਾਂ ਆਪਾਂ ਨੂੰ ਪਤਾ ਕੈਨੇਡਾ ਦਾ ਜਿਹੜਾ ਜਾਂਦਾ ਉਹ ਤਕਰੀਬ ਕਾਫੀ ਕਬੱਡੀ ਰਕਮ ਲਾ ਕੇ ਮਤਲਬ ਕੈਨੇਡਾ ਦੀ ਧਰਤੀ ਨੂੰ ਪੁੱਛ ਕਰਦਾ ਔਰ ਬੰਦਾ ਜੇ ਉਹਨੂੰ ਉਹ ਚੀਜ਼ਾਂ ਉੱਥੇ ਜਾ ਕੇ ਨਾ ਮਿਲਨ ਉਹ ਆਪਾਂ ਨੇ ਪਿਛਲੇ ਦਿਨਾਂ 'ਚ ਬਥੇਰਾ ਦੇਖਿਆ ਵੀ ਸਟੂਡੈਂਟ ਗਿਆ ਵਾਪਸ ਆ ਗਿਆ ਕਿਉਂਕਿ ਉਹਨੂੰ ਚੀਜ਼ਾਂ ਮਿਲੀ ਨਹੀਂ ਉੱਥੇ ਉਹ ਓਵਰਕਰਾਉਟਿੰਗ ਦਾ ਹਿੱਸਾ ਕਹਿ ਲਓ ਜੋ ਮਰਜ਼ੀ ਕਹਿ ਲਓ ਜਦੋਂ ਉਹਨਾਂ ਨੇ ਇੱਕ ਜਿਹੜੀ ਆਪਣੀ ਸਟੂਡੈਂਟ ਵੀਜ਼ਾ ਨੂੰ ਇੱਕ ਰੈਗੂਲੇਟ ਕਰਤਾ ਵੀ ਚਾਹ ਇਨਟੇਕਸ ਦੇ ਜ਼ਰੀਏ ਕਹਿ ਲਓ ਚਾ ਸਿਟੀਆਂ ਦੇ ਅਕੋਰਡਿੰਗ ਕਹਿ ਲਓ ਵੀ ਹੁਣ ਜਦੋਂ ਮੇਨ ਸਿਟੀ ਫੁੱਲ ਹੋ ਗਈ ਤਾਂ ਬੱਚੇ ਨੇ ਤਾਂ ਜਾਣੀ ਐ ਤਾਂ ਉਹ ਕਹੂਗਾ ਵੀ ਮੈਂ ਕਿਸੇ ਦੂਰ ਪਾਸੇ ਵਾਲੇ ਕਾਲਜ ਬਗਨਾ ਉੱਥੇ ਨੂੰ ਅਕਮੋਡੇਸ਼ਨ ਦੀ ਵੀ ਦਿੱਕਤ ਨਹੀਂ ਆਉਣੀ এমਪਲੋਇਮੈਂਟ ਵੀ ਚੰਗੀ ਮਿਲੂ ਤੇ ਉਹਦੇ ਨਾਲ ਨਾਲ ਇੱਕ ਜਿਹੜੀ ਚੀਜ਼ ਦੇਖਣ ਵਾਲੀ ਇਹ ਵੀ ਹੈ ਵੀ ਉਹ ਛੋਟੇ ਸ਼ਹਿਰਾਂ ਦੇ ਵਿੱਚ ਜਾ ਕੇ ਬੱਚਿਆਂ ਦੀ ਸੈਟਲਮੈਂਟ ਬਹੁਤ ਈਜ਼ੀ ਵੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਉਹ ਚਾਹੇ ਕਾਰੋਬਾਰੀ ਵੀ ਬਣੇ ਬੱਚੇ ਤੇ ਉਹਨਾਂ ਦੀ ਚਾਹੇ ਜੋਬਸ ਨੂੰ ਲੈ ਕੇ ਗੱਲ ਉਹ ਇੱਕ ਚੰਗੇ ਪੀ ਸਕਿੱਲ ਤੇ ਵੀ ਉਹ ਮਤਲਬ ਇੰਜੋਏ ਕਰਦੇ ਨੇ ਉਹ ਸੀਰੀਜ਼ ਦੇ ਵਿੱਚ ਰੈਦਰ ਦੈਨ ਬਿਗ ਸਿਟੀਜ਼ ਜਿੱਥੇ ਆਲਰੇਡੀ ਬਹੁਤ ਕਰਾਉਡਿੰਗ ਹੈਗੀ ਹੈ ਸੋ ਓਵਰਆਲ ਸਾਰੇ ਲਈ ਜੇ ਆਪਾਂ ਦੇਖੀਏ ਲੌਂਗ ਰਨ ਦੇ ਵਿੱਚ ਚੰਗਾ ਫੈਸਲਾ ਜੀ ਤੁਸੀਂ ਕੈਨੇਡਾ ਦੇ ਵਿੱਚ ਰਹਿ ਵੀ ਰਹੇ ਹੋ ਤੇ ਤੁਸੀਂ ਇੱਥੇ ਇਮੀਗ੍ਰੇਸ਼ਨ ਫਰਮ ਵੀ ਚਲਾ ਰਹੇ ਹੋ ਅ ਤੁਹਾਡੇ ਤੋਂ ਮੈਂ ਇਹ ਜ਼ਰੂਰ ਸੁਝਾ ਲੈਣਾ ਚਾਹੂੰਗੀ ਕਿ ਜਿਹੜੇ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਨੇ ਉੱਥੇ ਸੈਟਲ ਹੋਣਾ ਚਾਹੁੰਦੇ ਨੇ ਕੈਨੇਡਾ ਦੇ ਨਾਲ ਨਾਲ ਹੋਰ ਆਪਸ਼ਨਸ ਉਹਨਾਂ ਦੇ ਕੋਲ ਕੀ ਨੇ ਆਸਟ੍ਰੇਲੀਆ ਯੂਕੇ ਤੋਂ ਇਲਾਵਾ ਹੋਰ ਕਿਹੜੇ ਦੇਸ਼ਾਂ ਦੇ ਵਿੱਚ ਅਸੀਂ ਜਾ ਕੇ ਪੜ੍ਹਾਈ ਦੇ ਲਈ ਜਾਂ ਕੰਮਕਾਰ ਦੇ ਲਈ ਸੈਟਲਡ ਹੋ ਸਕਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਵੀ ਆਫਟਰ ਆਲ ਕਰਾਊਡ ਤਾਂ ਵਾਧì ਰਿਹਾ ਹੈ ਨਾ ਉੱਥੇ ਵੀ ਉਹ ਕਹਿ ਰਹੇ ਨੇ ਕਿ ਹਰ ਸਾਲ ਦੇ ਵਿੱਚ 5.5 ਲੱਖ ਸਾਡੇ ਕੋਲ ਵਿਦਿਆਰਥੀ ਆ ਰਹੇ ਨੇ ਤਾਂ ਹੌਲੀ-ਹੌਲੀ ਸਾਡੀ ਪੋਪੂਲੇਸ਼ਨ ਵੀ ਵੱਧ ਰਹੀ ਹੈ ਹੋਰ ਕਿਹੜੀਆਂ ਥਾਵਾਂ ਦੇ ਉੱਤੇ ਜਿਹੜੇ ਬੱਚੇ ਨੇ ਉਹ ਜਾ ਕੇ ਪੜ ਸੋ ਦੇ ਕੁਝ ਜਿਹਦਾ ਜਿਹਦਾ ਮਕਸਦ ਸਿਰ ਪੜਾਈ ਆ ਤੇ ਤਾਂ ਬੜੀਆਂ ਆਪਸ਼ਨਸ ਨੇ ਬਟ ਜੇ ਕਿਤੇ ਨਾ ਕਿਤੇ ਆਪਣੀ ਸੈਟਲਮੈਂਟ ਵੀ ਕਿਸ ਨਗਰ ਮਤਲਬ ਮジョਰਿਟੀ ਦੇ ਵਿਦਵਾਨ ਦੇ ਵਿੱਚ ਸੈਟਲਮੈਂਟ ਵੀ ਰਹਿੰਦੀ ਹੈ ਵੀ ਆਪਾਂ ਪੀਆਰ ਤੱਕ ਜਾਣਾ ਤਾਂ ਮੈਨੂੰ ਲੱਗਦਾ ਨੇ ਵੀ ਕੈਨੇਡਾ ਤੋਂ ਬਿਨਾ ਕੋਈ ਬੈਟਰ ਚੁਆਇਸ ਹੈਗਾ ਇਸ ਵੇਲੇ ਜਿਹੜੀ ਨਾਲ ਨਾਲ ਸੈਟਲਮੈਂਟ ਸਰਵਿਸਿਸ ਵੀ ਦੇ ਰਿਆ ਹੋਵੇ ਜਿਹੜਾ ਉੱਥੇ ਆਪਾਂ ਪੀਆਰ ਤੱਕ ਜਾਂ ਆਪਾਂ ਮਾਪਿਓ ਨੂੰ ਸਦਨ ਤੱਕ ਵੀ ਮਤਲਬ ਜਿਹੜਾ ਹੈਲਪ ਕਰ ਰਿਹਾ ਹੋਵੇ ਐਪਲੀਕੈਂਟ ਸੇ ਕੀ ਜੀ ਜਿਹੜੇ ਕੈਨੇਡਾ ਨੂੰ ਲੈ ਕੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਇਹ ਓਵਰਆਲ ਬੱਚਿਆਂ ਦੇ ਲਈ ਵੀ ਚੰਗੀ ਗੱਲ ਹੈ ਜਦੋਂ ਉਹ ਰੂਰਲ ਏਰੀਆਜ਼ ਦੇ ਵਿੱਚ ਜਾਣਗੇ ਤਾਂ ਉਹਨਾਂ ਲਈ ਐਕਸਪਲੋਰ ਕਰਨ ਦੇ ਮੌਕੇ ਹੋਰ ਹੋਣਗੇ ਮਤਲਬ ਚਾਹ ਜੌਬਸ ਨੂੰ ਲੈ ਕੇ ਹੋਣ ਐਮਪਲੋਇਮੈਂਟ ਨੂੰ ਲੈ ਕੇ ਹੋਣ ਉਹ ਮਤਲਬ ਐਕਚੁਅਲ ਜਿਹੜੀ ਕੈਨੇਡੀਅਨਸ ਨੇ ਉਹਨਾਂ ਦੇ ਵਿਚਰਨ ਦਾ ਮੌਕਾ ਮਿਲੂਗਾ ਹੁਣ ਕਿਤੇ ਨਾ ਕਿਤੇ ਪੰਜਾਬ 'ਚ ਜਾ ਰਹੇ ਨੇ ਬੱਚੇ ਜਦੋਂ ਕਿਉਂਕਿ ਓਵਰਆਲ ਪਿੱਛੇ ਚਾਹ ਬ੍ਰੈਂਪਟਨ ਪਹੁੰਚਦੇ ਨੇ ਤਾਂ ਵੀ ਆਪਾਂ ਕਹਿੰਦੇ ਵੀ ਉਹੀ ਪੰਜਾਬੀ ਕਲਚਰ ਦੇ ਵਿੱਚ ਹੀ ਜਾ ਰਹੇ ਨੇ ਕੈਨੇਡੀਅਨ ਕਲਚਰ ਦੇ ਵਿੱਚ ਇੰਡਲਜ ਉਹਨਾਂ ਨੂੰ ਸਿੱਖਣ ਦਾ ਮੌਕਾ ਹੀ ਮਿਲਣਾ ਹੈ ਚਾਹ ਰਜਗਾਰ ਦੇ ਪੱਖੋਂ ਹੋਵੇ ਤੇ ਜਿਹੜੀ ਓਵਰਾਲ ਲੌਂਗ ਰਨ ਦੇ ਵਿੱਚ ਹੈ ਵੀ ਇੱਕ ਬਿਗ ਵਿਨ ਹੀ ਹੋਊਗੀ ਸਾਰਿਆਂ ਦੇ ਲਈ ਵੀ ਚਾਹੇ ਕਾਰੋਬਾਰ ਨੂੰ ਲੈ ਕੇ ਹੋਵੇ ਚਾਹੇ ਉਹ ਇਮਪਲॉयਮੈਂਟ ਨੂੰ ਲੈ ਕੇ ਹੋਵੇ ਤਾਂ ਓਵਰਾਲ ਉਹਨਾਂ ਦੀ ਚਾਹੇ ਪੀਆਰ ਨੂੰ ਲੈ ਕੇ ਹੋਵੇ ਸੋ ਕੈਨੇਡਾ ਦਾ ਹਾਲ ਦੀ ਘੜੀ ਤੱਕ ਕੋਈ ਵੀ ਜਿਹੜਾ ਮੁਲਕ ਹੈ ਵੀ ਪਾਸਕ ਨਹੀਂ ਹੈਗਾ ਸਾਰੀ ਚੀਜ਼ਾਂ ਲੈ ਕੇ ਜੇ ਆਪਾਂ ਇੱਕ ਸਹੀ ਢੰਗ ਨਾਲ ਸਹੀ ਜਗ੍ਹਾ ਸੋਚ ਕੇ ਆਪਾਂ ਜਿਹੜਾ ਆਪਣਾ ਪਲਾਨ ਦੀ ਗੱਲ ਕਰਦੇ ਆਂ ਵਿਦੇਸ਼ ਦੀ ਗੱਲ ਕਰਦੇ ਆਂ ਵੀ ਕਿਹੜੀ ਏਰੀਆ 'ਚ ਜਾ ਕੇ ਆਪਾਂ ਕਿਵੇਂ ਆਪਣੇ ਪੱਕੇ ਬਸਨੀਕ ਤੱਕ ਪਹੁੰਚ ਸਕਦੇ ਆਂ ਸੋ ਉਹਦੇ ਲਈ ਵੀ ਮੈਨੂੰ ਲੱਗਦਾ ਹਾਲੇ ਵੀ ਲੱਗਦਾ ਵੀ ਬਾਕੀ ਮੁਲਕਾਂ ਮੁਤਾਬਕ ਕੈਨੇਡਾ ਬੈਸਟ ਆ ਸੋ ਥੈਂਕ ਯੂ ਭਾਜੀ ਥੈਂਕ ਯੂ so much ਤੁਸੀਂ ਟੂਡੇ ਸਾਡੇ ਨਾਲ ਜਿਮੇ ਧੰਨਵਾਦ ਕਰਨ ਖਾਲਸ ਟੀਵੀ ਦਾ ਰੂਬਰੂ ਕਰਾਉਣ ਦੇ ਲਈ ਦਰਸ਼ਕਾਂ ਦੇ ਨਾਲ ਸੋ ਉਹਦੇ ਨਾਲ ਹੀ ਮੈਂ ਐਟ ਦੈਂਡੀ ਕਹਿਣਾ ਚਾਹਾਂਗਾ ਵੀ ਡਰਨ ਦੀ ਕੋਈ ਲੋੜ ਨਹੀਂ ਕੈਨੇਡਾ ਨੂੰ ਲੈ ਕੇ ਤੁਸੀਂ ਹਾਲੇ ਵੀ ਆਪ ਦਾ ਜਿਹੜਾ ਜੈਨੂਇਨ ਤਰੀਕੇ ਨਾਲ ਆਪ ਦਾ ਵੀਜ਼ਾ ਪ੍ਰੋਸੈਸਿੰਗ ਹੈ ਜਿਹੜੀ ਉਹ ਕਰ ਸਕਦੇ ਹੋ ਤੇ ਆਪ ਦਾ ਜਿਹੜਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ